ਰੁਕੋ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਬੋਲੇ ਸੋ ਨਿਹਾਲ। ਇੱਧਰ ਇਹਨਾਂ ਨੇ ਤਾਰੀਫ ਮੇਰੀ ਬਹੁਤ ਕੀਤੀ ਹੈ, ਪਰ ਇਹਨਾਂ ਇੱਕ ਸ਼ੇਅਰ ਵੀ ਸੁਣਾਇਆ ਮੇਰੇ 'ਤੇ, ਉਹ ਜ਼ਰਾ ਰਿਪੀਟ ਕਰਿਓ ਜੀ। ਠੀਕ ਹੈ, ਬਿਲਕੁਲ ਜੀ। ਕਹਿੰਦੇ ਹੋਰਾਂ ਦੇ ਤਾਂ ਨਾਭੀ ਪੱਗਾਂ, ਫਿੱਕੀ ਗੁਲਾਬੀ ਤੇਰੇ, ਥੋੜ੍ਹੀ ਜਿਹੀ ਡਾਰਕ ਹੈ, ਗੂੜੀ ਗੁਲਾਬੀ, ਗੂੜੀ ਗੁਲਾਬੀ ਤੇਰੇ, ਮੈਂ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ। ਕਹਿੰਦੇ ਮੈਂ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ, ਇਹਦਾ ਜਵਾਬ ਵੀ ਲੈ ਜਾਓ ਫਿਰ ਜਾਂਦੇ। ਫਿਰ ਇਹੋ ਜਿਹੀਆਂ ਸੋਹਣੀਆਂ ਮੁਟਿਆਰਾਂ ਪਤਾ ਕੀ ਕਹਿੰਦੀਆਂ ਹੁੰਦੀਆਂ, ਕਿ ਮੈਂ ਕਮਲੀ ਮੈਨੂੰ ਸਮਝ ਨਾ ਆਵੇ, ਮਰਦੀ ਜਾਂਦੀ ਕੌਣ ਬਚਾਵੇ। ਮੈਂ ਕਮਲੀ ਮੈਨੂੰ ਸਮਝ ਨਾ ਆਵੇ, ਮਰਦੀ ਜਾਂਦੀ ਕੌਣ ਬਚਾਵੇ, ਪੈ ਗਿਆ ਜਾਣ ਦਾ ਪਾਲਾ, ਮੰਤਰ ਮੈਂ ਭੁੱਲ ਗਈ ਨਾਗ ਛੇੜ ਕੇ ਕਾਲਾ। ਫਿਰ ਮੰਤਰ ਨਹੀਂ ਯਾਦ ਆਉਂਦਾ ਹੁੰਦਾ ਵੀ ਕਿਹੜਾ ਹੁਣ ਬੋਲਣਾ। ਉਹ ਇੱਕ ਮੈਨੂੰ ਗੀਤ ਯਾਦ ਆ ਗਿਆ ਬੜਾ ਵਧੀਆ ਜੀ ਉਹਨਾਂ ਦਾ, ਕੇਦੀਪ ਜਗਮੋਹਨ ਕੌਰ ਹੋਣਾ ਦਾ, ਕਹਿੰਦੀ ਵੀ ਜੇ ਮੈਂ ਸੱਪ ਹੋਵਾਂ, ਕਹਿੰਦੀ ਵੀ ਕੱਢ ਕੇ ਹਿੱਕ ਤੁਰਦਾ ਵਸ ਨਾ ਗੱਭਰੂ ਆ ਮੇਰੇ, ਕੱਢ ਕੇ ਹਿੱਕ ਤੁਰਦਾ ਵਸ ਨਾ ਗੱਭਰੂ ਆ ਮੇਰੇ, ਜੇ ਮੈਂ ਸੱਪ ਹੋਵਾਂ ਲੜ ਜਾ ਕਾਲਜੇ ਤੇਰੇ। ਅੱਗੋਂ ਕਿੱਡਾ ਵਧੀਆ ਜਵਾਬ ਦਿੰਦੀ, ਕਹਿੰਦੀ ਵੀ ਕੀ ਉਹ ਮੁੰਡਾ ਕਹਿੰਦਾ ਵੀ ਕੀ ਨਿੱਕੀ ਤੂੰ ਸੱਪ ਬਣ ਕੇ ਲੜਨਾ ਕਾਲਜੇ ਮੇਰੇ, ਨਿੱਕੀ ਤੂੰ ਸੱਪ ਬਣ ਕੇ ਲੜਨਾ ਕਾਲਜੇ ਮੇਰੇ, ਬਿਸ਼ੀਅਰ ਤੇਰੇ ਜੇ ਕੀਲੇ ਅਸਾਂ ਬਥੇਰੇ। ਸੋ ਪੰਜਾਬੀ ਜ਼ਬਾਨ, ਥੈਂਕ ਯੂ ਸੋ ਵੈਰੀ ਮੱਚ, ਬੜੀ ਰਿਚ ਜ਼ਬਾਨ, ਰਿਚ ਕਲਚਰ ਹੈ। ਪੰਜਾਬੀ ਕਲਚਰ ਦਾ ਜਵਾਬ ਨਹੀਂ, ਪਰ ਇੱਕ ਨਵਾਂ ਕਲਚਰ ਚੱਲ ਪਿਆ ਉਹਦਾ ਵੀ ਜਵਾਬ ਨਹੀਂ। ਟਿਕਟ ਆਪਣੀ ਲਈ ਹੁੰਦੀ, ਸ਼ੋਅ ਮੋਬਾਈਲ ਨੂੰ ਵਿਖਾ ਰਹੇ ਹੁੰਦੇ ਨੇ। ਆਪ ਤਾਂ ਵੇਖ ਲਓ ਫਿਰ, ਘਰ ਜਾ ਕੇ ਮੋਬਾਈਲ 'ਤੇ ਵੀ ਦੇਖਣਾ, ਸਿੱਧਾ ਜਿੰਦਾ ਬੰਦਾ ਹੀ ਦੇਖ ਲਓ। ਉਹ ਵੀ ਮੈਂ ਸਾਹਮਣੇ ਖੜਾ ਐਡੀ ਦੂਰੋਂ ਟਰੈਵਲ ਕਰਕੇ ਆਇਆ, ਬਾਅਦ ਪਤਾ ਲੱਗਦਾ ਘਰ ਜਾ ਕੇ ਪਤਾ ਲੱਗਦਾ ਉਹ ਡਿਲੀਟ ਹੀ ਹੋ ਗਿਆ ਉੱਥੇ, ਪਰ ਜਿਹੜਾ ਸਾਹਮਣੇ ਸੀ ਉਹਨੂੰ ਵੇਖ ਲਓ। ਇਹ ਮੋਬਾਈਲ ਬੜੀ ਖਤਰਨਾਕ ਚੀਜ਼ ਹੈ, ਇਹ ਚੱਲ ਤਾਂ ਪਏ ਨੇ ਪਰ ਇਹਨਾਂ ਨੇ ਕਈ ਕੁਛ ਬੰਦ ਵੀ ਕਰਾਤਾ, ਔਰ ਇਹ ਇੰਨੀ ਭੈੜੀ ਐਡਿਕਸ਼ਨ ਹੈ ਨਾ। ਅੱਛਾ, ਜਿਹਨੂੰ ਐਡਿਕਸ਼ਨ ਨਹੀਂ ਹੈਗੀ ਹੱਥ ਖੜਾ ਕਰੋ। ਅੱਛਾ, ਝੂਠਾ, ਇਹਨੂੰ ਬਾਹਰ ਕੱਢੋ। ਇਹ ਤਾਂ ਅੱਜ ਕੱਲ੍ਹ ਜਿੱਦਾਂ ਜਨਾਨੀਆਂ ਰਾਤ ਨੂੰ ਉੱਠ ਉੱਠ ਕੇ ਦੇਖਦੀਆਂ ਸੀ ਨਾ ਕਿ ਬੱਚੇ ਨੇ ਨੈਪੀ ਤਾਂ ਨਹੀਂ ਗਿੱਲੀ ਕਰ ਲਈ, ਇਹਨੂੰ ਭੁੱਖ ਤਾਂ ਨਹੀਂ ਲੱਗੀ, ਰਾਤ ਉੱਠ ਉੱਠ ਕੇ ਵੇਖਣਗੀਆਂ, ਵਟਸਐਪ 'ਤੇ ਨਹੀਂ ਆਇਆ ਵੀ ਸਵੇਰ ਨਹੀਂ ਪੈਣੀ, ਸਵੇਰੇ ਮਰਜੀ, ਸਵੇਰੇ ਜਵਾਬ ਦੇ ਦੀ। ਉੱਠ ਉੱਠ ਕੇ ਚੈੱਕ ਕਰਨਗੇ ਬੈਟਰੀ ਤਾਂ ਨਹੀਂ ਮੁੱਕ ਗਈ, ਵੀ ਕਿੱਡਾ ਭੁੱਖਾ ਮਰ ਚੱਲਿਆ ਜੇ ਬੈਟਰੀ ਮੁੱਕ ਗਈ, ਸਵੇਰੇ ਲਾ ਲਈ। ਔਰ ਬੰਦਿਆਂ ਨੇ ਤਾਂ ਆਪ ਹੀ ਚੁੱਕ ਲਈ ਹੈ ਨਾ, ਜਿੰਨੇ ਸ਼ਰੀਫ ਬੰਦੇ ਸੀ ਸਾਰੇ ਵਿਗਾੜਦੇ ਮੋਬਾਈਲ ਨੇ। ਲੇਡੀਜ਼ ਤਾਂ ਫਿਰ ਚੰਗੀਆਂ ਹੁੰਦੀਆਂ, ਲੇਡੀਜ਼ ਨੂੰ ਸਲੂਟ ਕਰਦੇ ਹਾਂ, ਆ ਸਾਰੀਆਂ ਨੇ ਆਪਣੇ ਹਸਬੈਂਡ ਦਾ ਨਾਮ ਭਰਿਆ ਹੁੰਦਾ, ਜਾਨੂ, ਸ਼ੋਨਾ, ਨੋਨੂ। ਅਰੇ ਜਿਹੜੀਆਂ ਜ਼ਿਆਦਾ ਹੱਸਦੀਆਂ, ਪੱਕਾ ਇਹ ਪੱਕੀ ਗੱਲ ਹੈ, ਬੰਦੇ ਐਡੇ ਖਰਾਬ ਹੁੰਦੇ ਨੇ। ਵਾਈਫ ਦਾ ਨਾਮ ਭਰਿਆ ਹੁੰਦਾ ਚੁੜੈਲ, ਕਿਸੇ ਨੇ ਡੇਂਜਰ, ਜਿਹੜਾ ਬਹੁਤ ਸੋਫਿਸਟੀਕੇਟਡ ਹੁੰਦਾ ਉਹਨੇ ਹੋਮ ਮਿਨਿਸਟਰ ਹੀ ਭਰਿਆ ਹੁੰਦਾ, ਇਸ ਤੋਂ ਘੱਟ ਨਹੀਂ ਲਿਹਾਜ਼ ਕਰਦੇ। ਔਰ ਜਨਾਨੀਆਂ ਵਿਚਾਰੀਆਂ ਸ਼ਰੀਫ ਹੁੰਦੀਆਂ, ਸਾਰਾ ਦਿਨ ਫੋਨ ਹੀ ਤੋਂ, ਬੱਚੇ ਦੇ ਆਣੇ ਜਾਂ ਬੰਦੇ ਦੇ ਆਣੇ ਨੇ, ਵੱਧ ਤੋਂ ਵੱਧ ਪੇਕਿਆਂ ਤੋਂ ਆ ਜਾਏ, ਉਹ 2.5 ਘੰਟੇ ਦਾ ਹੁੰਦਾ ਫੋਨ, ਵੱਖਰੀ ਗੱਲ ਹੈ, ਪਰ ਫੋਨ ਕਿੱਥੋਂ ਆਉਣੇ ਹੁੰਦੇ ਬੰਦੇ ਦੇ, ਸਾਰਾ ਦਿਨ ਫੋਨ ਖੜਕਦੇ ਨੇ। ਉਹਨੂੰ ਪਤਾ ਮੈਂ ਨਾਣ ਗਿਆ ਬਾਥਰੂਮ 'ਚ ਮਗਰੋਂ ਮੋਬਾਈਲ ਵੱਜਣਾ, ਅਤੇ ਵਹੁਟੀ ਕਿਤੇ ਨਾਂ ਨਾ ਪੜ੍ਹ ਲਵੇ ਉੱਤੇ ਰਜੀਤਾ, ਮਨੀਸ਼ਾ, ਸਿਆਪਾ ਪੈ ਜਾਏਗਾ। ਉਹ ਐਡੇ ਚਲਾਕ ਹੁੰਦੇ ਨੇ, ਨਾਮ ਹੀ ਬਦਲ ਕੇ ਰੱਖ ਦਿੰਦੇ ਹੁੰਦੇ, ਬਿੱਲਾ ਇਲੈਕਟ੍ਰੀਸ਼ਨ, ਹੁੰਦੀ ਸੁਜਾਤਾ ਹੀ ਹੈ, ਭੋਲਾ ਮਿਸਤਰੀ, ਪੱਪੂ ਚਾਹ ਵਾਲਾ, ਜਦ ਕੇ ਕਾਲ ਕਰਕੇ ਵੇਖੋ ਤੇ ਕੋਈ ਰੰਜੀਤਾ ਹੀ ਬੋਲੇਗੀ। ਸੋ ਇਹ ਮੋਬਾਈਲ ਬੜੀ ਖਤਰਨਾਕ ਚੀਜ਼ ਹੈ। ਅੱਗੇ ਇਹਦਾ ਇਸਤੇਮਾਲ ਫੋਨ ਦਾ ਸਿਰਫ ਹੁੰਦਾ ਸੀ ਕਾਲ ਕਰਨ ਵਾਸਤੇ, ਗੱਲ ਕਰਨ ਵਾਸਤੇ, ਹੁਣ ਸਿਰਫ ਬੰਦਾ ਇਹਦੇ ਨਾਲ ਗੱਲ ਹੀ ਸਭ ਤੋਂ ਘੱਟ ਕਰਦਾ, ਬਾਕੀ ਸਾਰੇ ਕੰਮ ਇਹਦੇ ਨਾਲ ਹੀ ਕਰਦਾ। ਔਰ ਅੱਜ ਕੱਲ੍ਹ ਲਾਈਵ ਹੁੰਦਾ, ਨਵਾਂ ਕੰਮ ਚੱਲ ਪਿਆ, ਲਾਈਵ ਹੋ ਜਾਂਦੇ ਨੇ ਹਰ ਥਾਂ 'ਤੇ। ਲਓ ਜੀ, ਆਈ ਐਮ ਸਿਟਿੰਗ ਐਟ ਮਾਈ ਆਫਿਸ, ਬੰਦਾ ਪੁੱਛੇ ਵੀ ਪਹਿਲੀ ਵਾਰੀ ਦਫ਼ਤਰ ਆਇਆ ਤਾਂ ਕਿੱਡੀ ਕੁ ਗੱਲ ਹੈ ਜਿਹੜੀ ਲੋਕਾਂ ਨੂੰ ਦੱਸ ਰਹੇ ਹਾਂ। ਆਈ ਐਮ ਡਰਾਈਵਿੰਗ, ਸਾਨੂੰ ਨਹੀਂ ਪਤਾ ਲੱਗਦਾ ਵੀ ਡਰਾਈਵਿੰਗ ਚੱਲਦੀ ਕਾਰ ਦੇ ਵਿੱਚ ਲਾਈਵ ਹੋ ਜਾਣਗੇ, ਅੱਗੋਂ ਜਾ ਕੇ ਭਾਵੇਂ ਆਟੋ ਵਾਲਾ ਠੋਕ ਦੇਣ, ਇੱਥੇ ਤੱਕ ਤਾਂ ਟਾਵੀ ਠੀਕ ਹੈ।
ਅੱਜ ਨਵੇਂ ਨਵੇਂ ਮੁੰਡੇ ਆ ਤਾਂ ਬਾਥਰੂਮ 'ਚ ਲੈ ਜਾਂਦੇ ਨਾਲ, ਹੇਅਰ ਇਜ਼ ਮਾਈ ਬਾਥਰੂਮ, ਦਿਸ ਇਜ਼ ਮਾਈ ਟੈਪ, ਦਿਸ ਇਜ਼ ਮਾਈ ਬਕਟ, ਸੋ ਦਿਸ ਇਜ਼ ਮਾਈ ਸੋਪ, ਹਾਈ ਫਰੈਂਡਸ ਆਈ ਐਮ ਗੋਨਾ ਟੇਕ ਬਾਥ ਨਾਓ, ਯੂ ਲੁੱਕ ਦੈਟਸ ਆ ਹਾਈਟ ਨਾਓ, ਓਕੇ ਆਈ ਐਮ ਓ ਨੋ ਵਾਟਰ, ਚਲੋ ਨਾਣਾ ਕੈਂਸਲ। ਦੱਸ ਉੱਥੇ ਕੀ ਕੰਮ ਬਾਥਰੂਮ ਦੇ ਵਿੱਚ ਨਾਲ, ਔਰ ਲੇਡੀਜ਼ ਕਿਚਨ 'ਚ ਨਹੀਂ ਸਾਹ ਲੈਣ ਦਿੰਦੀਆਂ ਮੋਬਾਈਲ ਨੂੰ, ਨਾਲ ਹੀ ਰੱਖਿਆ ਹੁੰਦਾ, ਇੱਧਰ ਆਟਾ ਗੁੰਨ ਰਹੀਆਂ ਹੁੰਦੀਆਂ, ਉਹ ਕਾਲਾ ਮੋਬਾਈਲ ਹੁੰਦਾ ਧੂੜੇ ਨਾਲ ਚਿੱਟਾ ਕੀਤਾ ਹੁੰਦਾ, ਉੱਥੇ ਚੈੱਕ ਕਰੀ ਜਾਣਗੀਆਂ, ਫੜ ਕੇ ਨਾਲ ਹੀ ਕੜਾਹੀ ਦੀ ਫੋਟੋ ਖਿੱਚੀ, ਨਾਲ ਹੀ ਵਟਸਐਪ ਗਰੁੱਪ 'ਚ ਪਾਤੀ ਮੇਕਿੰਗ ਭਿੰਡੀ ਟੂਡੇ। ਦੱਸ ਕਿੱਡਾ ਸੱਪ ਕੀਲ ਰਹੀ ਹੈ ਤੂੰ, ਜਿਹੜਾ ਕਦੀ ਕਿਸੇ ਨੇ ਕੀਲਿਆ ਨਹੀਂ, ਕਿੱਡੀ ਕੁ ਵੱਡੀ ਗੱਲ ਜਿਹੜੀ ਕਦੀ ਬਣਾਈ ਨਹੀਂ ਭਿੰਡੀ ਕਿਸੇ ਨੇ, ਮੇਕਿੰਗ ਭਿੰਡੀ ਟੂਡੇ। ਉੱਤੋਂ ਜਗਾਦਰੀ ਵਾਲੀ ਭੂਆ ਦੀ ਕੁੜੀ ਵੀ ਏਡੀ ਤਿੱਖੀ ਹੁੰਦੀ ਹੈ, ਏਡੀ ਕਾਲੀ ਹੁੰਦੀ ਹੈ, ਨਾਲ ਹੀ ਥੱਲੇ ਕਮੈਂਟ ਪਾ ਦਿੰਦੀ ਵਾਓ ਯੰਮੀ। ਬੰਦਾ ਪੁੱਛੇ ਉਹਨੇ ਜੇ ਜੇ ਲੂਣ ਨਹੀਂ ਪਾਇਆ ਤੈਨੂੰ ਫਿੱਕੀਆਂ ਭਿੰਡੀਆਂ ਯੰਮੀ ਲੱਗ ਰਹੀਆਂ, ਤੈਨੂੰ ਯੰਮੀ ਕਿੱਦਾਂ ਪਤਾ, ਤੂੰ ਮੋਬਾਈਲ ਚੱਟ ਕੇ ਦੇਖਿਆ? ਚੱਲ ਕੋਈ ਨਹੀਂ, ਹੁਣ ਅਸੀਂ ਤੈਨੂੰ ਫਿੱਕੀਆਂ ਭਿੰਡੀਆਂ ਖਵਾਵਾਂਗੇ ਫਿਰ, ਐਡੀ ਸ਼ੌਕੀਨ ਤੂੰ ਫਿੱਕੀਆਂ ਭਿੰਡੀਆਂ ਦੀ। ਅੱਛਾ ਹਰ ਚੀਜ਼ ਕੀ ਲੋੜ ਆ ਯਾਰ ਫੇਸਬੁੱਕ 'ਤੇ ਪਾਉਣ ਦੀ, ਚੰਗੇ ਭਲੇ ਜਾਣਗੇ ਬੀਵੀ ਨਾਲ ਰਿਜ 'ਤੇ ਫੋਟੋ ਖਿੱਚ ਕੇ ਪਾ ਦੇਣਗੇ ਇੰਜੋਇੰਗ ਵਿਦ ਵਾਈਫ ਇਨ ਸ਼ਿਮਲਾ, ਕਿੱਡੀ ਕੁ ਵੱਡੀ ਗੱਲ ਜਿਹੜੀ ਕਦੀ ਕਿਸੇ ਨੇ ਕੀਤੀ ਨਹੀਂ ਯਾਰ। ਉੱਤੋਂ ਕਮੈਂਟ ਪਾਉਣ ਵਾਲੇ ਵੀ ਥੱਲੇ ਮੇਰੇ ਵਰਗੇ ਹੁੰਦੇ, ਬਾਓ ਜੀ ਇਕੱਲੇ ਇਕੱਲੇ ਹੀ। ਬੰਦਾ ਪੁੱਛੇ ਕੋਈ ਟੀਮ ਵਰਕ ਆ, ਨਾ ਪਾਉਣ ਵਾਲਾ ਸੋਚਦਾ ਨਾ ਲਿਖਣ ਵਾਲਾ ਸੋਚਦਾ। ਇੰਨਾ ਲੋਕ ਫੋਲੋ ਕਰਦੇ ਆ ਮੋਬਾਈਲ ਨੂੰ, ਉਹ ਸਾਡੇ ਗੁਆਂਢੀਆਂ ਦਾ ਮੁੰਡਾ ਇੱਕ ਵਾਰੀ ਵਿਚਾਰਾ ਗੁੰਮ ਹੋ ਗਿਆ, ਗੁੰਮ ਕੀ ਹੋ ਗਿਆ ਵਿਚਾਰਾ, ਮੈਚ ਖੇਡਣ ਗਿਆ ਬੱਚਿਆਂ ਦੇ ਨਾਲ ਕਿਸੇ ਦੋਸਤ ਦੇ ਘਰ ਚਲਾ ਗਿਆ, ਸ਼ਾਮ ਤੱਕ ਵਾਪਸ ਹੀ ਨਾ ਆਇਆ, ਘਰਦਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਨਾਲ ਹੀ ਕਈ ਮੇਰੇ ਵਰਗੇ ਸਿਆਣੇ ਹੁੰਦੇ ਨੇ ਉਹਦੀ ਫੋਟੋ ਤੋਂ ਫੋਟੋ ਖਿੱਚ ਕੇ ਅਪਲੋਡ ਕਰਤੀ ਵਟਸਐਪ 'ਤੇ ਫੇਸਬੁੱਕ 'ਤੇ, ਬੱਚਾ ਮਿਸਿੰਗ ਹੈ, ਜਿਸ ਕਿਸੇ ਨੂੰ ਮਿਲੇ ਘਰ ਛੱਡ ਕੇ ਜਾਵੇ, ਐਡਰੈਸ ਨਾਲ ਲਿਖ ਦਿੱਤਾ, ਮੇਰੇ ਵੱਲੋਂ ਕਹਿੰਦੇ ਬੜੀ ਹੁਸ਼ਿਆਰੀ ਮਾਰੀ ਆਪਣੇ ਵੱਲੋਂ, ਅਤੇ ਬੱਚਾ ਵੈਸੇ ਹੀ 4 ਘੰਟੇ ਬਾਅਦ ਲੱਭ ਗਿਆ, ਦੋਸਤ ਘਰ ਗਿਆ ਸੀ। ਲਓ ਜੀ ਉਹ ਦਿਨ ਗਿਆ ਅਤੇ ਅੱਜ ਦਾ ਦਿਨ ਗਿਆ, 4 ਸਾਲ ਹੋ ਗਏ ਨੇ ਵਿਚਾਰਾ ਸਕੂਲ ਨਹੀਂ ਜਾ ਸਕਦਾ, ਘਰੋਂ ਨਿਕਲਦਾ ਕੋਈ ਚੱਕ ਕੇ ਘਰ ਛੱਡਣ ਦਾ, ਤੁਹਾਡਾ ਬੱਚਾ ਲੱਭ ਗਿਆ ਜੀ। ਉਹ ਗੁਆਚਿਆ ਇੱਕ ਵਾਰੀ ਸੀ, ਲੱਭਾ 270 ਵਾਰੀ ਹੈ। ਇੰਨੀ ਮੱਤ ਮਾਰੀ ਇਹਨੇ ਮੋਬਾਈਲ ਨੇ, ਅੱਗੇ ਕੋਈ ਕਿਸੇ ਦੇ ਘਰ ਆਉਂਦਾ ਹੁੰਦਾ ਸੀ, ਬੜੇ ਸਲੀਕੇ ਨਾਲ ਕਹਿੰਦਾ ਹੁੰਦਾ ਸੀ, ਸਤਿ ਸ਼੍ਰੀ ਅਕਾਲ ਭੈਣ ਜੀ, ਹਾਊ ਯੂ, ਠੀਕ ਹੋ ਅੰਕਲ, ਠੀਕ ਨੇ, ਅਤੇ ਭਾਈ ਸਾਹਿਬ ਹੈਗੇ ਨੇ, ਇਹਨੇ ਬੱਚੇ ਸਕੂਲ ਗਏ, ਹਾਂਜੀ ਅੱਛਾ, ਬੜੀ ਵਧੀਆ ਗੱਲ ਹੁੰਦੀ ਸੀ। ਅੱਜ ਕੱਲ੍ਹ ਤਾਂ ਡੋਰ ਖੁੱਲ ਬੈਲ ਵੱਜਦੀ ਹੈ, ਤੁਸੀਂ ਡੋਰ ਖੋਲੋ ਅਗਲਾ ਸਤਿ ਸ਼੍ਰੀ ਅਕਾਲ ਨਮਸਤੇ ਤਾਂ ਕਰਦਾ ਹੀ ਨਹੀਂ, ਸਿੱਧਾ ਹੀ ਅੰਦਰ, iPhone 6 ਦਾ ਚਾਰਜਰ ਹੈਗਾ, ਚਾਰਜਰ ਹੀ ਪੁੱਛਦੇ ਨੇ ਆ ਕੇ। ਅੱਛਾ ਅੱਗੇ ਕਿਸੇ ਦੇ ਘਰ ਜਾਈਦਾ ਸੀ, ਉਹ ਵੀ ਅੱਗੋਂ ਕਹਿੰਦੇ ਸੀ ਜੀ ਆਇਆਂ ਨੂੰ ਜੀ ਮੋਸਟ ਵੈਲਕਮ, ਪਲੀਜ਼ ਕਮ ਇਨਸਾਈਡ, ਆਓ ਬੈਠੋ ਜੀ ਬੇਟਾ, ਪਾਣੀ ਦਿਓ ਅੰਕਲ ਨੂੰ, ਯੈਸ ਬੇਟਾ, ਹਾਂਜੀ ਪੱਖਾ ਔਨ ਕਰੋ ਬੇਟੇ, ਹੁਣ ਕੋਈ ਕਰਦਾ ਡੋਰ ਖੁੱਲਦਾ ਅਗਲਾ ਆਉਂਦਾ, ਤੁਹਾਡਾ ਫੋਨ ਪਹਿਲਾਂ ਹੀ ਇੱਥੇ ਲੱਗਾ ਹੁੰਦਾ, ਹਾਂਜੀ ਕੌਣ? ਨਹੀਂ ਨਹੀਂ ਉਹ ਅਸੀਂ ਜਾ ਰਹੇ ਹਾਂ ਅਤੇ ਬੈਂਡਰਾ ਕੁਰਲਾ ਜਿਹੜਾ ਕੰਪਲੈਕਸ ਨਾ, ਆ ਜਾ, ਯੈਸ ਹਾਂਜੀ, ਅਸੀਂ 2 ਜਣੇ ਹੀ ਹਾਂ, ਫਲੈਟ ਦੀ ਰਜਿਸਟਰੀ ਆ, ਹਾਂ ਨਹੀਂ ਇੱਕ ਵਿਟਨੈਸ ਉਹਨਾਂ ਦੀ, ਇੱਕ ਚਾਹ ਦਿਓ ਬੇਟਾ, ਚਾਹ ਦਿਓ, ਹਾਂ ਇੱਕ ਵਿਟਨੈਸ ਉਹਨਾਂ ਦੀ, ਇੱਕ ਸਾਡੀ ਹੈ, ਨਹੀਂ ਨਹੀਂ ਹਾਫ ਪੇਮੈਂਟ ਹੋ ਗਈ, ਬਿਸਕੁਟ ਲਓ ਭਾਈ, ਹਾਂ ਬਿਸਕੁਟ, ਹਾਫ ਪੇਮੈਂਟ ਹੋ ਗਈ, ਹਾਫ ਹੋਰ ਕਰਨੀ, ਰੋਟੀ ਬੇਟਾ ਰੋਟੀ, ਹਾਂਜੀ ਨਹੀਂ ਨਹੀਂ ਕੋਈ ਗੈਸਟ ਆਏ ਮੈਂ ਬਾਅਦ 'ਚ ਕਰਾਂ, ਨਹੀਂ ਨਹੀਂ ਚੈੱਕ ਨਾਲ ਹੀ ਕਰ ਦੇਣੇ ਨਾ ਆਪਾਂ ਭਾਅ ਜੀ, ਪਨੀਰ ਅਤੇ ਹੋਰ ਲਓ, ਹਾਂਜੀ ਚੱਲ ਠੀਕ ਹੈ, ਅਰਜੈਂਟ ਮੈਂ ਬਾਅਦ 'ਚ ਕਰਦਾ ਯਾਰ, ਕੋਈ ਗੈਸਟ ਆਏ, ਹਾਂ ਠੀਕ ਹੈ ਫੁਲਕਾ ਲਓ ਭਾਅ ਜੀ, ਹਾਂਜੀ ਚੱਲ ਠੀਕ ਹੈ ਅਰਜੈਂਟ ਹੈ, 35 ਮਿੰਟ ਲਾ ਕੇ ਵੀ ਕਹੇਗਾ ਅਰਜੈਂਟ ਹੈ, 35 ਮਿੰਟ ਗੱਲ ਚੱਲੀ ਉਸ ਤੋਂ ਬਾਅਦ ਵੀ ਅਰਜੈਂਟ ਹੈ, ਉਹ ਬੈਠਾ ਬੈਠਾ ਵਿਚਾਰਾ 2 ਵਾਰੀ ਚਾਹ ਪੀ ਗਿਆ, ਉਹ 3 ਫੁਲਕੇ ਖਾਂਦਾ, ਉਹਨੂੰ ਵਿਚਾਰੇ ਨੂੰ 13 ਫੁਲਕੇ ਖਵਾ ਤੇ ਚੱਕ ਚੱਕ ਕੇ, 2 ਵਾਰੀ ਪਨੀਰ ਪਾਤਾ, 3 ਵਾਰੀ ਉਹਨੂੰ ਗੋਭੀ ਪਾਤੀ, 35 ਮਿੰਟ ਕਾਲ ਕਰਨ ਤੋਂ ਬਾਅਦ ਕਹਿਣਗੇ ਸੋਰੀ ਸਰ ਬੜੀ ਇੰਪੋਰਟੈਂਟ ਕਾਲ ਸੀ, ਮੈਂ ਤਾਂ ਭਾਈ ਸਾਹਿਬ ਮੈਂ ਤੁਹਾਨੂੰ ਪਛਾਣਿਆ ਨਹੀਂ, ਉਹ ਵੀ ਅੱਗੋਂ 13-14 ਫੁਲਕੇ ਖਾ ਕੇ ਡਕਾਰ ਮਾਰ ਕੇ ਕਹਿੰਦਾ ਭਾਈ ਮੈਂ ਤਾਂ ਪੁੱਛਣ ਆਇਆ ਸੀ ਇੱਥੇ ਵਾਲੀਆ ਸਾਹਿਬ ਕਿੱਥੇ ਰਹਿੰਦੇ ਨੇ, ਇੱਕ ਫੈਮਿਲੀ ਭਾਅ ਜੀ ਇੱਥੋਂ ਚੱਲਦੀ ਚੈਂਬੂਰ ਤੋਂ ਪੂਨੇ ਤੱਕ ਜਾਣਾ ਹੁੰਦਾ, ਇੱਕੋ ਗੱਡੀ, ਕਹਿੰਦੇ ਨਾ ਮੋਬਾਈਲ ਨੇ ਦੁਨੀਆ ਛੋਟੀ ਕਰਤੀ, ਇਹਨੇ ਦੁਨੀਆ ਇਕੱਠੀ ਕਰਤੀ, ਇਹਨੇ ਸਕੈਟਰਡ ਕਰਤੀ, ਦੁਨੀਆ ਅਲੱਗ ਕਰਤੀ ਹੈ, ਇੱਕ ਹੀ ਫੈਮਿਲੀ ਗੱਡੀ 'ਚ ਬੈਠਦੀ ਹੈ, ਉਧਰ ਪਿੱਛੇ ਮੁੰਡਾ ਫੇਸਬੁੱਕ 'ਤੇ ਬੈਠਾ, ਕੁੜੀ ਵਟਸਐਪ ਚੈੱਕ ਕਰ ਰਹੀ ਹੈ,
ਇੱਧਰ ਮੰਮੀ ਟਵਿੱਟਰ ਚੈੱਕ ਕਰ ਰਹੀ ਹੈ ਵੀ ਸ਼ਾਹਰੁਖ ਖਾਨ ਦੀ ਧੁਨੀ 'ਚ ਖੁਰਕ ਹੋ ਰਹੀ ਸੀ, ਠੀਕ ਹੋਇਆ ਕਿ ਨਹੀਂ। ਉੱਧਰ ਪਾਪਾ ਨੇ ਫੈਨ ਪੇਜ ਖੋਲਿਆ ਹੁੰਦਾ, ਉਹਦੇ ਆਪਣੇ 17-18 ਫੈਨ ਹੁੰਦੇ ਨੇ, ਹੁੰਦਾ ਕੁਛ ਵੀ ਨਹੀਂ ਪਰ ਉਹਦੇ ਫੈਨ ਹੁੰਦੇ ਨੇ, ਸਾਰੇ ਆਪੋ ਆਪਣੇ ਮੋਬਾਈਲ 'ਤੇ ਲੱਗੇ ਹੁੰਦੇ ਕੁਸ਼ਤੀ ਕਰਨ। ਅਤੇ ਆਹ ਲੋਨਾ ਵਾਲਾ ਟੱਪ ਕੇ ਫਿਰ ਪਿਓ ਕਹਿੰਦਾ ਉਹ ਬਦਤਮੀਜ਼ੋ ਕਦੋਂ ਦੇ ਚੱਲਿਆ ਚੈਂਬੂਰ ਤੋਂ, ਆਪਸ 'ਚ ਗੱਲ ਹੀ ਕੋਈ ਨਹੀਂ ਕੀਤੀ, ਚਲੋ ਫੋਨ ਬੰਦ ਕਰੋ ਆਪਸ 'ਚ ਗੱਲ ਕਰੋ। ਉਹ ਬਾਅਦ 'ਚ ਪਤਾ ਲੱਗਦਾ ਉਹ ਵੀ ਉਹਨੇ ਵੀ ਤਾਂ ਗੱਲ ਸ਼ੁਰੂ ਕੀਤੀ, ਉਹਦੇ ਮੋਬਾਈਲ ਦੀ ਬੈਟਰੀ ਖਤਮ ਹੋ ਗਈ। ਇਹ ਬੜੀ ਡੇਂਜਰਸ ਚੀਜ਼ ਹੈ ਮੋਬਾਈਲ। ਇਹ ਤਾਂ ਮੇਰੇ ਵਰਗਾ ਇੱਕ ਦਿਨ ਸ਼ੇਖੀ ਮਾਰ ਬੈਠਾ ਨਾ ਵੋਟੀ ਅੱਗੇ, ਕਹਿੰਦੇ ਡਾਰਲਿੰਗ ਆਪਣੀ ਵੈਡਿੰਗ ਐਨਵਰਸਰੀ ਹੈ, ਦੱਸ ਕੀ ਗਿਫਟ ਚਾਹੀਦਾ। ਕਹਿੰਦੀ ਰਹਿਣ ਦਿਓ ਛੱਡੋ, ਨਹੀਂ ਦਿੱਤਾ ਜਾਣਾ ਤੁਹਾਡੇ ਕੋਲੋਂ। ਕਹਿੰਦਾ ਨਹੀਂ ਕਿਹੜੀ ਗੱਲ ਹੈ ਡਾਰਲਿੰਗ, ਆਧੁਨਿਕ ਦੁਨੀਆ 'ਚ ਕਿਹੜੀ ਚੀਜ਼ ਹੈ ਜਿਹੜੀ ਮੈਂ ਨਹੀਂ ਕਰ ਸਕਦਾ। ਕਹਿੰਦੀ ਵੀ ਜਾਂ ਤਾਂ ਇੱਕ ਮੈਨੂੰ ਡਾਇਮੰਡ ਸੈੱਟ ਲੈ ਦਿਓ। ਮੈਂ ਕਿਹਾ ਪਾਗਲ ਹੋ ਗਈ, ਡਾਇਮੰਡ ਸੈੱਟ ਪਤਾ ਕਿੰਨੇ ਦਾ ਆਉਂਦਾ, ਇੰਨੀ ਕੋਸਟਲੀ ਚੀਜ਼ ਹੈ। ਜਾਂ ਕਹਿੰਦੀ ਫਿਰ ਆਪਣੇ ਮੋਬਾਈਲ ਦਾ ਪਾਸਵਰਡ ਦੇ ਦਿਓ। ਯਾਰ ਤੇਰੀ ਵੀ ਨਾ ਵੈਸੇ ਮਜ਼ਾਕ ਕਰਨ ਦੀ ਆਦਤ ਜਾਂਦੀ ਨਹੀਂ, ਚਾਹੇ ਫਿਰ ਦੱਸ ਡਾਇਮੰਡ ਸੈੱਟ ਕਿੰਨੇ ਕੁ ਦਾ ਹੋਣਾ ਚਾਹੀਦਾ। ਪਾਸਵਰਡ ਦੇ ਕੇ ਮਰਨਾ ਕਿਸੇ ਨੇ? ਸੋ ਇਹ ਬੜੀ ਡੇਂਜਰਸ ਚੀਜ਼ ਹੈ ਮੋਬਾਈਲ। ਇਹਦਾ ਸਦਉਪਯੋਗ ਕਰੋ, ਅੱਛਾ ਉਪਯੋਗ ਕਰੋ, ਇਹਦਾ ਦੁਰਉਪਯੋਗ ਕਦੇ ਨਾ ਕਰੋ। ਇਹ ਬੜੀ ਵਧੀਆ ਚੀਜ਼ ਹੈ ਪਰ ਕਿਸੇ ਵੀ ਚੀਜ਼ ਨੂੰ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਡੇਂਜਰਸ ਹੋ ਜਾਂਦੀ ਹੈ। ਖੈਰ ਮੋਬਾਈਲ ਦੇ ਵਿੱਚ ਹੀ ਉਲਝ ਕੇ ਰਹਿ ਗਏ, ਆਪਾਂ ਗੱਲ ਕਰ ਰਹੇ ਸੀ ਅੱਜ ਵਿਸਾਖੀ ਦੀ, ਪੰਜਾਬੀਆਂ ਦਾ, ਪੰਜਾਬ ਦਾ ਸਭ ਤੋਂ ਮਾਣ ਮੱਤਾ ਇਤਿਹਾਸ ਅੱਜ ਦੇ ਦਿਨ ਸਿਰਜਿਆ ਗਿਆ ਸੀ, ਜਦੋਂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਸਮ ਪਿਤਾ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ 13 ਅਪ੍ਰੈਲ 1699 ਦੀ ਵਿਸਾਖੀ 'ਤੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅੱਜ ਦੇ ਦਿਨ ਗੁਰੂ ਸਾਹਿਬ ਨੇ ਖਾਲਸਾ ਸਜਾਇਆ ਸੀ ਔਰ ਸੰਦੇਸ਼ ਦਿੱਤਾ ਸੀ ਕਿ ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜ਼ਸ਼ਤ, ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਜ਼ੁਲਮ ਨੂੰ ਰੋਕਣ ਦੇ ਹੋਰ ਸਾਰੇ ਰਸਤੇ ਖਤਮ ਹੋ ਜਾਣ ਫਿਰ ਤਲਵਾਰ ਦੇ ਦਸਤੇ ਨੂੰ ਹੱਥ ਪਾ ਲੈਣਾ ਚਾਹੀਦਾ, ਕਿਉਂਕਿ ਜੀਣਾ ਸਾਰੇ ਸਿਖਾਉਂਦੇ ਨੇ ਕਿ ਆਰਟ ਆਫ ਲਿਵਿੰਗ ਕੀ ਹੈ। ਗੁਰੂ ਸਾਹਿਬ ਨੇ ਇਹ ਵੀ ਦੱਸਿਆ ਕਿ ਜੇ ਮਰਨਾ ਪਵੇ ਤਾਂ ਫਿਰ ਮਰੀਦਾ ਵੀ ਕਿਵੇਂ, ਟੌਰ ਨਾਲ, ਸ਼ਾਨ ਨਾਲ ਕਿਵੇਂ ਮਰੀਦਾ। ਸੋ ਇਹ ਸਾਡੇ ਵਾਸਤੇ ਬਹੁਤ ਪਵਿੱਤਰ ਦਿਨ ਹੈ ਅੱਜ ਵਿਸਾਖੀ ਦਾ।